ਸ਼ੁਰੂ ਕਰੋ। ਬ੍ਰਦਰ ਬਹੁਤ ਬਿਮਾਰ ਸੀ ਜੀ, ਕਿਤੋਂ ਵੀ ਠੀਕ ਨਹੀਂ ਸੀ ਹੁੰਦਾ, ਬਹੁਤ ਦਵਾਈਆਂ ਤੁਹਾਡਾ ਖਾਈਆਂ। ਭਰਾ ਨੂੰ ਬ੍ਰਦਰ ਨੂੰ ਕੀ ਬਿਮਾਰੀ ਸੀ? ਉਹਨਾਂ ਨੂੰ ਵੀ ਕੁਝ ਪਤਾ ਨਹੀਂ ਸੀ ਚੱਲਦਾ, ਡਾਕਟਰ ਕਦੇ ਕੋਈ ਟੈਸਟ ਆਪਨੇ ਕਰਦੇ ਕੁਝ ਸੀ ਬੋਲਿਆ ਕਦੇ ਨਾ, ਉਹ ਕੁਝ। ਮੰਜੇ ਤੇ ਪਏ ਹਾਂਜੀ, ਸੀ, ਉਹ ਬਸ ਮੰਜੇ ਤੇ ਚੱਲ ਪਏ ਗਏ। ਸੀ, ਉਹਨੂੰ ਪਰਛਾਲੀਆਂ ਆਉਂਦੀਆਂ ਸੀ ਜੀ, ਸਿਰ ਬਹੁਤ ਦਰਦ ਹੁੰਦਾ ਸੀ, ਪਰਛਾਲੀਆਂ ਆਉਂਦੀਆਂ ਸੀ, ਖੂਨ ਆਉਂਦਾ ਸੀ ਹਾਂ ਉੱਪਰ ਛਾਲੀਆਂ ਰਾਹੀਂ। ਹਾਂ ਅਸੀਂ ਬਹੁਤ, ਮੈਂ ਬਹੁਤ ਪਰੇਸ਼ਾਨ ਸੀ, ਮੇਰੇ ਕੋਲੇ ਆ ਗਿਆ ਸੀਗਾ, ਮੈਂ ਬਹੁਤ ਠੀਕ ਹੀ ਹੈ ਜੀ। ਪਰੇਸ਼ਾਨ ਸੀ ਵੀ ਇਹ ਨਹੀਂ ਬਚ ਸਕਦਾ ਹੁਣ, ਪਤਾ ਨਹੀਂ ਮੈਨੂੰ ਕੀ ਹੈ, ਕੁਝ ਨਹੀਂ ਪਤਾ ਲੱਗਦਾ। ਜਿਹੜੇ ਵੀ ਡਾਕਟਰ ਕੋਲ ਜਾਂਦੇ ਸੀ, ਨਵੀਆਂ ਨਵੀਆਂ ਗੱਲਾਂ ਦੱਸ ਦਿੰਦੇ ਸੀਗੇ, ਡਾਕਟਰ ਨਵੇਂ ਨਵੇਂ ਦੱਸ ਦਿੰਦੇ ਸੀਗੇ। ਠੀਕ ਹੈ ਜੀ। ਜਦੋਂ ਅਸੀਂ ਫਾਦਰ ਜੀ ਕੋਲ ਗਏ, ਬੰਦਗੀ 'ਚ ਗਏ, ਉਹ ਇੱਕ ਬੰਦਗੀ 'ਚ ਕੁਝ ਠੀਕ ਹੋ ਗਿਆ, ਦੂਜੀ ਬੰਦਗੀ ਉਦੋਂ ਠੀਕ ਹੋ ਗਿਆ, ਤੀਜੀ ਬੰਦਗੀ ਗਏ ਬਿਲਕੁਲ ਠੀਕ ਹੋ ਗਿਆ। ਹੁਣ ਅੱਜ ਉਹਨੂੰ 1 ਸਾਲ ਹੋ ਗਿਆ ਪੂਰਾ ਠੀਕ ਹੋਏ ਨੂੰ, ਬੰਦਗੀਆਂ ਦੇ ਵਿੱਚ ਜਾ ਜਾ ਕੇ ਹੁਣ ਉਹ ਦਵਾਈ ਬਿਲਕੁਲ ਛੱਡ ਗਿਆ, ਹੁਣ ਕੋਈ ਦਵਾਈ ਨਹੀਂ आप ਖਾਂਦਾ। ਕਿਹੜੀ ਜਗ੍ਹਾ ਚੋਂ ਆਏ ਆ? ਅਸੀਂ ਫਿਰੋਜ਼ਪੁਰ ਤੋਂ ਆਏ ਹਾਂ ਜੀ। ਦੇਖੋ ਇਸ ਭੈਣ ਜੀ ਫਿਰੋਜ਼ਪੁਰ ਤੋਂ ਆਏ ਆ, ਇਹਨਾਂ ਦੇ ਜਿਹੜਾ ਬ੍ਰਦਰ ਸੀ ਉਹ ਮੰਜੇ ਤੇ ਪਏ ਰਹਿੰਦਾ ਸੀ, ਚੱਲ ਫਿਰ ਨਹੀਂ ਸਕਦਾ ਸੀ, ਕਾਫੀ ਬਿਮਾਰੀ ਸੀ, ਕਾਫੀ ਇਲਾਜ ਕੀਤਾ, ਪਰ ਜਦੋਂ ਇਸ ਜਗ੍ਹਾ ਵਿੱਚ ਪ੍ਰਾਰਥਨਾ ਵਿੱਚ 3 ਵਾਰੀ ਲਗਾਤਾਰ ਆ ਗਿਆ। ਦੇਖੋ ਸਾਡੇ ਪ੍ਰਭੂ ਯੀਸ਼ੂ ਜਿਸ ਨੇ ਸੂਲੀ ਤੇ ਆਪਣੀ ਜਾਨ ਕਰਵਾ ਦਿੱਤਾ, ਉਹ ਕੀ ਪ੍ਰਭੂ ਯੀਸ਼ੂ ਨੇ ਉਸ ਬ੍ਰਦਰ ਨੂੰ ਚੰਗਾ ਕੀਤਾ। ਜਿਸ ਤਰ੍ਹਾਂ ਵਚਨ ਵਿੱਚ ਲਿਖਿਆ ਹੈ, ਜਿਸ ਕਮਰੇ ਵਿੱਚ ਯੇਸ਼ੂ ਬੈਠਾ ਸੀ ਉਹਦੇ ਛੱਤ ਨਿਗਾਲ ਕੇ ਮੰਜੇ ਸਣੇ ਯੇਸ਼ੂ ਦੇ ਆ ਕੇ ਉਸ ਅਧਰੰਗੀ ਨੂੰ ਰੇਖਿਆ ਹੈ। ਯੇਸ਼ੂ ਨੇ ਕੀ ਆਖਿਆ? ਤੂੰ ਆਪਣੀ ਮੰਜ ਚੁੱਕ ਅਤੇ ਘਰ ਨੂੰ ਲੈ ਜਾਓ, ਤੇਰੇ ਪਾਓ ਮੈਂ ਮਾਫ਼ ਕਰ ਦਿੱਤਾ, ਤੂੰ ਆਪਣਾ ਮੰਜ ਚੁੱਕ। ਦੇਖੋ ਇਸੇ ਤਰ੍ਹਾਂ ਅੱਜ ਵੀ ਖੁਦਾ ਇਹੀ ਚਮਤਕਾਰ ਕਰੇ। ਉਹ ਭਰਾ ਹੁਣ ਮੰਜਾ ਨਹੀਂ ਹੈ, ਬੋਰੀ ਵੀ ਚੁੱਕ ਸਕਦਾ ਹੈ, ਉਹਨੂੰ ਕੋਈ ਬਿਮਾਰੀ ਨਹੀਂ ਹੈ। ਆਓ ਅਸੀਂ ਪ੍ਰਭੂ ਦੀ ਵਡਿਆਈ ਕਰੀਏ। ਹਾਲੇਲੂਇਆ, 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 ਹਾਲੇਲੂਇਆ।